ਕਿਸਾਨ ਅੰਨਦਾਤਾ ਦੇ ਵਿੱਚ ਧੱਕੇ ਖਾ ਰਿਹਾ। ਇਹ ਗੱਲ ਸੱਚੀ ਹੈ ਤੇ ਜ਼ੋਰਦਾਰ ਤਾਲੀ ਮਾਰ ਦੋ। ਕਿਸਾਨ ਨਾਲ ਹੀ ਕੁਛ ਨਹੀਂ ਅੱਜ ਰਹਿ ਗਿਆ। ਜਸਵਿੰਦਰ ਸਿੰਘ ਲੱਭਣਾ ਗੱਡੀ ਦਾ ਨੰਬਰ ਹੈ PB07BA2198। ਚਰਮਜੀਤ ਸਿੰਘ ਜੀ ਬਾਲਾ ਰਾਮਾ ਜੀ ਨਾਮ ਦਾ ਅਸ਼ੋਕ ਕੁਮਾਰ ਪਨੌੜੇ ਤੋਂ ਨਰੇਸ਼ਪੁਰ ਤੋਂ ਆਏ ਹਨ। ਬਹੁਤ
ਅੰਮ੍ਰਿਤਸਰ ਸਾਹਿਬ ਦੇ ਵਿੱਚ ਵਿਦੇਸ਼ੀ ਹੋਣੀ ਚਾਹੀਦਾ ਤੁਸੀਂ ਸੋਸ਼ਲ ਮੀਡੀਆ ਉੱਤੇ ਉਹਨਾਂ ਦੀਆਂ ਫੋਟੋਆਂ ਦੇਖ ਰਹੇ ਹਾਂ ਪੁੱਛਾਂ ਦੇ ਹੱਥ ਜਿਵੇਂ ਕਿ ਜੀ ਸਰਦਾਰ ਭਾਈ ਸਿੰਘ ਵਾਲਾ ਉਹ ਵੀ ਪੁੱਜੇ ਹਨ ਚੱਕਣ ਜਾਣਗੇ ਕਿ ਜਲਿਆਂ ਵਾਲੇ ਬਾਗ ਦੇ ਵਿੱਚ ਫਿਰ ਬੇਨਤੀ ਆ ਮਿਹਰਬਾਨੀ ਕਰਕੇ ਪ੍ਰੈਸ ਲਈ ਛੱਡ ਦਿਓ ਉਹ ਪ੍ਰੈਸ ਲਈ ਕੁਰਸੀਆਂ ਹਨ ਸਾਡੇ ਵਿੱਚ ਬੀਬੀ ਬੱਜਣ ਕੌਰ ਜੀ ਸੂਰੇ ਲੋਕ ਬਲਵਿੰਦਰ ਸਿੰਘ ਦੇ ਉੱਤੇ ਗੋਲੀਆਂ ਤੰਨੀਆਂ ਸੀ ਤਾਂ ਗੋਲੀਆਂ ਬਲਵਿੰਦਰ ਸਿੰਘ ਜੀ ਮਾਨਾ ਬੱਤੀ ਰੋਡ ਦੇ ਮਾਨਾ ਇੱਕ ਇੱਕ ਪਿੰਡ ਦੇ ਵਿੱਚੋਂ ਦੋ ਦੋ ਆਰਤੀਆਂ ਸ਼ਾਮ ਨੂੰ ਉੱਠਦੀਆਂ ਜਿੱਥੇ ਮਾਮਾ ਤੜਕੇ ਉੱਠਣ ਵੇਲੇ ਆਪਣੇ ਬੱਚਿਆਂ ਦੀ ਮੂੰਹ ਨੂੰ ਦੋਤਾ ਛੰਨਾ ਲਾਉਂਦੀਆਂ ਸੀ ਤੇ ਅੱਜ ਉਹਨਾਂ ਘਰਾਂ ਵਿੱਚੋਂ ਤੜਕੇ ਬੈਣ ਸੁਣਾਈ ਦਿੰਦੇ ਆ ਉਸ ਵੇਲੇ ਤਾਹਾਂ ਮਾਰਦੀਆਂ ਆ ਤੇ ਇੱਕੋ ਗੱਲ ਕਹਿੰਦੀਆਂ ਹੈ ਵੇ ਬਾਬਲਾ ਬਾਦਲਾ ਤੇਰਾ ਕੱਖ ਨਾ ਰਹੇ ਕਿਉਂਕਿ ਪੰਜਾਬ ਦੇ ਵਿੱਚ ਇੰਨਾ ਨਸ਼ਿਆਂ ਦਾ ਹੜ ਆ ਚੁੱਕਾ ਆ ਇਹ ਲੋਕ ਸ਼ਰਾਬ ਨੂੰ ਕੋਈ ਨਸ਼ਾ ਨਹੀਂ ਮੰਨਦੇ ਸ਼ਰਾਬ ਤਾਂ ਕਹਿੰਦੇ ਹੈ ਕੱਖ ਨੀ ਬਾਕੀ ਸਾਰੇ ਜਿਹੜੇ ਖਾਂਦੇ ਆ ਉਹਨਾਂ ਨੂੰ ਸਾਬਣ ਅੰਦਰ ਹੀ ਦੇ ਜਾਂਦੇ ਆ ਸਾਡੇ ਚਾਹ ਪਾਣੀ ਪੀਤਾ ਚਾਹ ਪਾਣੀ ਪੀਤਾ ਚਾਹ ਪਾਣੀ ਪੀਤਾ ਅੰਦਰ ਵੀ ਦੇਖ ਲਈਏ ਮਾੜੇ ਜਾ ਅੰਦਰ ਵੀ ਦੇਖ ਲਾਂਗੇ ਮਾੜੇ ਜਾ ਸਾਰੇ ਵੀਰਾਂ ਅੱਗੇ ਬੇਨਤੀ ਕਰਦਾ ਕਿ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਥੋੜੀ ਥੋੜੀ ਤੁਸੀਂ ਇੱਕ ਦੂਜੇ ਨਾਲ ਐਡਜਸਟ ਕਰ ਲਓ ਕਿਉਂਕਿ ਹਾਲ ਦੇ ਹਿਸਾਬ ਦੇ ਨਾਲ ਸਾਡੇ ਕੋਲ ਸਟਰੈਂਥ ਜ਼ਿਆਦਾ ਆ ਸਾਡੇ ਕਰਮਵੀਰ ਸਿੰਘ ਜੀ ਬਾਲੀ ਕਰਮਵੀਰ ਬਾਲੀ ਹੁਸ਼ਿਆਰਪੁਰ ਤੋਂ ਪਿੰਡ ਦੇ ਪ੍ਰਧਾਨ ਉਹ ਵੀ ਪੁੱਜੇ ਹਨ ਸਟੇਟ ਵੱਲੋਂ ਉਹਨਾਂ ਦਾ ਕਹਿੰਦੇ ਧਨਵਾਦ ਜੀ ਰਣਵੀਰ ਸਿੰਘ ਰਸੀਆਂ ਲੋਕ ਪ੍ਰਧਾਨ ਸੱਭਿਆ ਬਾਲੀਆਂ ਉਹ ਵੀ ਸਾਡੇ ਵਿੱਚ ਪੁੱਜੇ ਹਨ ਉਹਨਾਂ ਦਾ ਕਹਿੰਦੇ ਧਨਵਾਦ ਜੀ ਬਹੁਤ ਹੀ ਚਾਹ ਪਾਣੀ ਪੀਤਾ
ਦੀਪਕ ਦਾ ਪਾਣੀ ਪੀਤਾ ਸਾਬਕਾ ਜਿਹੜਾ ਪ੍ਰਧਾਨ ਉਹ ਵੀ ਪੁੱਜੇ ਹਨ
ਵਾਹਿਗੁਰੂ ਧੰਨਵਾਦ ਜੀ। ਸਾਡੇ ਵਿੱਚ ਤਜਿੰਦਰ ਕੌਰ ਜੀ ਪਟੋਰੀ ਕਾਰਨ, ਸੁਨੀਲ ਗੁਪਤਾ ਸੈਕਟਰੀ ਪੰਜਾਬ ਕਰਮਚਾਰੀ ਜੀ, ਕਰਮਵਾਲ ਕਰਮਵੀਰ ਮਾਲੀ ਜ਼ਿਲ੍ਹਾ ਪ੍ਰਧਾਨ ਸਿਹਤ, ਡਾਕਟਰ ਬਿਪਨ ਬਜਨੰਗਲਾ ਜੀ, ਗੁਰਮੇਲ ਸਿੰਘ ਜੀ ਕੋਟਪੁਰੀ ਉਹ ਵੀ ਆਏ ਹਨ, ਵਾਹਿਗੁਰੂ ਧੰਨਵਾਦ ਜੀ। ਸਰਵਣ ਸਿੰਘ ਜੀ ਭਾਂਤ ਤੋਂ, ਯੋਗਰਾਜ ਜੀ, ਰਣਵੀਰ ਸਿੰਘ ਜੀ, ਪ੍ਰਧਾਨ ਇੰਜਨੀਅਰ ਜੀ ਭੁੱਗਰ ਜੀ ਉਹ ਵੀ ਸਾਡੇ ਵਿੱਚ ਪੁੱਜੇ ਹਨ, ਅਸ਼ੋਕ ਕੁਮਾਰ ਜੀ ਭਾਂਤ ਤੋਂ ਉਹ ਵੀ ਆਏ ਹਨ, ਵਾਹਿਗੁਰੂ ਧੰਨਵਾਦ ਜੀ। ਜਗਤਾਰ ਸਿੰਘ ਜੀ ਰੂਪੋਵਾਲ, ਅਵਤਾਰ ਸਿੰਘ ਜੀ ਡਾਂਡੀਆਂ ਅਤੇ ਮੇਰੇ ਪ੍ਰੈਸ ਵਾਲੇ ਵੀਰ ਜਿੰਨੇ ਵੀ ਪੁੱਜੇ ਹਨ ਸਾਰਿਆਂ ਦਾ ਵਾਹਿਗੁਰੂ ਧੰਨਵਾਦ ਜੀ। ਮੈਂ ਸਟੇਜ ਤੇ ਵਿਰਾਜਮਾਨ ਵੀਰਾਂ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ, ਕਿਉਂਕਿ ਹਾਲੇ ਸਾਡੇ ਜਿਹੜੇ ਚੀਫ ਗੈਸਟ ਵਾਲੇ ਆ ਉਹਨਾਂ ਦੇ ਨਾਲ ਜਿੰਨੇ ਵੀ ਆਰਗਨਾਈਜੇਸ਼ਨ ਦੇ ਸਾਡੇ ਦੇ ਮੈਂਬਰ ਆਉਣੇ ਆ ਉਹਨਾਂ ਦੇ ਕੁਰਸੀਆਂ ਘੱਟ ਪੈ ਜਾਣੀਆਂ ਜੇ ਸਟੇਜ ਦੇ ਉੱਪਰ ਭਾਗਣ ਮੰਗਣ। ਮੈਂ ਹੁਣੇ ਬੇਨਤੀ ਕਰਦੇ ਹਾਂ ਕਿ ਉਹ ਉਸੇ ਹਿਸਾਬ ਦੇ ਨਾਲ ਕੁਰਸੀਆਂ ਦੇ ਵਿਰਾਜਮਾਨ ਹੋਣ ਕਿ ਉਹਨਾਂ ਨੂੰ ਫਿਰ ਦੁਬਾਰਾ ਉੱਠਣਾ ਨਾ ਪਵੇ। ਸਾਡੇ ਵਿੱਚ ਅਵਤਾਰ ਸਿੰਘ ਜੀ ਤਾਰੀ ਮਾਲਪੁਰ ਤੋਂ ਉਹਦੇ ਨਾਲ ਮਾਸਟਰ ਜੀ ਇੱਥੇ ਭਜਾ ਰਹੇ ਹਨ, ਮੈਂ ਸਭ ਤੋਂ ਪਹਿਲਾਂ ਥੋੜੇ ਥੱਕ ਗਏ ਤੇ ਮੈਂ ਤੁਹਾਡੇ ਨਾਲ ਹੌਲੀ ਹੌਲੀ ਲੀਡਰਾਂ ਨੂੰ ਬੁਲਾਉਣਾ ਸ਼ੁਰੂ ਕਰਾਂਗਾ। ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਆਦਰਣੀ ਹਨ ਮੇਜਰ ਸਿੰਘ ਜੀ ਖਹਿਰਾ, ਉਹ ਸਾਡੇ ਨਾਲ ਸਾਂਝਾ ਕਰਨਗੇ। ਬੈਠੋ, ਕੀ ਗੱਲ ਕੀਤਾ